ਕਲਸੀਗਾ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਵੀ ਅਗਰ ਕੋਈ ਪਿਸਟਲ ਮੈਨੂੰ ਗੋਲੀ ਮਾਰ ਲੈ ਥੈਰ ਮਾਰਿਆ ਦਫ਼ਤਰ ਦੇ ਵਿੱਚ ਮਾਰਿਆ ਇਹਦੇ ਮਹੱਲੇ ਵਿੱਚ ਵੀ ਮੇਰੇ ਮਗਰ ਪਿਸਟਲ ਲੈ ਕੇ ਭੱਜਾ ਸੀ ਵਿਧਾਇਕ ਦੇ ਦਫ਼ਤਰ ਚੱਲੀਆਂ ਗੋਲੀਆਂ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਤੁਸੀਂ ਵੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਪੰਜਾਬ ਦੇ ਵਿੱਚ ਨਿੱਤ ਕੋਈ ਨਾ ਕੋਈ ਕਿਤੋਂ ਨਾ ਕਿਤੋਂ ਗੁੰਡਾਗਰਦੀ ਦੇ ਨੰਗੇ ਨਾਚ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕ੍ਰਾਈਮ ਰੇਟ ਘਟਣ ਦੀ ਵਜ੍ਹਾ ਵਾਧਾ ਨਜ਼ਰ ਆ ਰਿਹਾ ਤੇ ਤਾਜ਼ਾ ਮਾਮਲਾ ਜਲੰਧਰ ਦਾ ਤੇ ਘਟਨਾ ਵਿਧਾਇਕ ਬਾਬਾ ਹੈਨਰੀ ਦੇ ਦਫ਼ਤਰ ਦੀ ਦੱਸੀ ਜਾ ਰਹੀ ਹੈ ਜਿੱਥੇ ਦੋ ਧਿਰਾਂ ਆਪਸੀ ਵਿਵਾਦ ਦੇ ਨਿਪਟਾਰੇ ਲਈ ਜਾਂ ਕਹਿ ਸਕਦੇ ਹਾਂ ਸਮਝੌਤੇ ਲਈ ਪਹੁੰਚੀਆਂ ਸੀ ਪਰ ਉੱਥੇ ਪਹੁੰਚ ਕੇ ਦੋਵੇਂ ਧਿਰਾਂ ਦੇ ਵਿਚਕਾਰ ਮੁੜ ਤੋਂ ਬਹਿਸਬਾਜ਼ੀ ਹੋ ਗਈ ਮਾਹੌਲ ਤਲਖੀ ਦਾ ਬਣਿਆ ਤੇ ਇੱਕ ਧਿਰ ਦੇ ਨੌਜਵਾਨ ਨੇ ਦੂਜੀ ਧਿਰ ਤੇ ਗੋਲੀ ਚਲਾ ਦਿੱਤੀ ਦੱਸਿਆ ਜਾ ਰਿਹਾ ਕਿ ਗੋਲੀ ਉਸਦੇ ਵੱਲੋਂ ਆਪਣੇ ਲਸੰਸੀ ਰਿਵਾਲਵਰ ਨਾਲ ਚਲਾਈ ਗਈ ਸੀ ਜਿਸ ਦੇ ਨਾਲ ਦੂਜੀ ਧਿਰ ਦਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਜੋ ਜਾਣਕਾਰੀ ਮਿਲੀ ਹੈ ਉਸਦੇ ਮੁਤਾਬਕ ਬੀਤੇ ਸ਼ੁੱਕਰਵਾਰ ਨੂੰ ਦੋਵੇਂ ਧਿਰਾਂ ਦੇ ਵਿੱਚ ਗੱਡੀ ਦਾ ਸ਼ੀਸ਼ਾ ਟੁੱਟਣ ਨੂੰ ਲੈ ਕੇ ਕੋਈ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਵਿਵਾਦ ਵੱਧਦਾ ਦੇਖ ਵਿਧਾਇਕ ਸਾਹਿਬ ਨੇ ਦੋਵੇਂ ਧਿਰਾਂ ਨੂੰ ਆਪਣੇ ਦਫ਼ਤਰ ਸੱਦਿਆ ਸਮਝੌਤੇ ਦੇ ਲਈ ਪਰ ਦੂਜੇ ਪਾਸੇ ਇਹ ਉੱਥੇ ਜਦੋਂ ਦੋਵੇਂ ਧਿਰਾਂ ਪਹੁੰਚਦੀਆਂ ਨੇ ਤਾਂ ਕਿਸੇ ਗੱਲ ਨੂੰ ਲੈ ਕੇ ਮੁੜ ਤੋਂ ਵਿਵਾਦ ਵੱਧ ਜਾਂਦਾ ਤੇ ਦੋਵੇਂ ਧਿਰਾਂ ਇੱਕ ਦੂਜੇ ਤੇ ਹਮਲਾਵਰ ਹੋ ਜਾਂਦੀਆਂ ਨੇ ਕਿਹਾ ਜਾ ਰਿਹਾ ਕਿ ਨੌਜਵਾਨ ਨੇ ਮਿੰਟ ਵੀ ਨਹੀਂ ਲਾਈ ਤੇ ਆਪਣੀ ਰਿਵਾਲਵਰ ਕੱਢ ਕੇ ਇਹ ਗੋਲੀ ਚਲਾ ਦਿੱਤੀ ਜਿਸ ਦੇ ਨਾਲ ਵਿਅਕਤੀ ਜ਼ਖਮੀ ਹੋ ਗਿਆ ਤੇ ਜ਼ਖਮੀ ਵਿਅਕਤੀ ਤੋਂ ਜਾਣਦੇ ਹਾਂ ਕਿ ਆਖਿਰ ਪੂਰਾ ਮਾਮਲਾ ਹੈ ਕੀ ਸੀ ਕੌਣ ਸੀਗਾ ਉੱਥੇ ਕੌਣ ਗੱਡੀ ਮਾਰੇ ਸੀਗੇ ਆਇਓ ਭਾਈ ਆ ਤੁਸੀਂ ਜਦੋਂ ਮਹੱਲੇ ਵਿੱਚ ਇਹਨੇ ਮੇਰੇ ਪਿੱਛੇ ਗੋਲੀ ਲੈ ਕੇ ਪੰਜਾਬ ਪਿਸਟਲ ਲੈ ਕੇ ਪੰਜਾਬ ਉਦੋਂ ਵੀ ਸਾਰੇ ਸੀ ਕਿਹੜੇ ਮਹੱਲੇ ਚ ਹੋਈ ਸੀ ਸ਼ਹਿਜਾਦਾ ਕੋਈ ਨਹੀਂ ਤਾਂ ਮੰਮੀ ਸ਼ਹਿਜਾਦਾ ਮੁੰਡਾ ਮਹੱਲੇ ਵਿੱਚ ਪਿਸਟਲ ਲੈ ਕੇ ਮੇਰੇ ਕੋਲੋਂ ਭੱਜਾ ਤੇ ਉਦੋਂ ਵੀ ਉਹਦੇ ਕੋਲ ਪਿਸਟਲ ਸੀਗਾ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਵੀ ਅਗਰ ਕੋਈ ਪਿਸਟਲ ਮੈਨੂੰ ਗੋਲੀ ਮਾਰ ਲੱਗਾ ਸੀਗਾ ਇਹਨਾਂ ਨੇ ਉਦੋਂ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਤੇ ਪਰ ਹੁਣ ਮੈਂ ਆਪ ਜਾ ਕੇ ਤਾਂ ਕਰਕੇ ਅਗਰੈਸਿਵ ਸੀਗਾ ਤਾਂ ਕਰਕੇ ਮੈਂ ਉੱਥੇ ਦਫ਼ਤਰ ਗਿਆ ਸਮਝੌਤੇ ਵਾਸਤੇ ਤੇ ਉਹਨਾਂ ਨੇ ਫੇਰ ਮੇਰੇ ਫੈਰ ਮਾਰਿਆ ਦਫ਼ਤਰ ਦੇ ਵਿੱਚ ਮਾਰਿਆ ਇਹਨਾਂ ਮਹੱਲੇ ਵਿੱਚ ਵੀ ਮੇਰੇ ਮਗਰ ਪਿਸਟਲ ਲੈ ਕੇ ਭੱਜਾ ਸੀਗਾ ਮੈਨੂੰ ਲੱਗਦਾ ਮੇਰੇ ਗਿੱਟੇ 'ਚ ਵੀ ਉਹਨਾਂ ਨੇ ਗੋਲੀ ਮਾਰੀ ਸੀ ਮੈਨੂੰ ਪਤਾ ਨਹੀਂ ਸੀ ਲੱਗਾ ਚਲੋ ਪਾਓ ਲੱਗਾ ਤੇ ਸੌਰੀ ਥੈਂਕ ਯੂ ਵੈਰੀ ਮਚ ਕੀ ਹੋਇਆ ਜੀ ਕੀ ਨਾਮ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਮੇਰਾ ਨਾਮ ਮਨਪ੍ਰੀਤ ਸਿੰਘ ਆ ਹਾਂਜੀ ਜੀ ਬੇਸਿਕਲੀ ਇੱਕ ਮੁੰਡਾ ਆ ਸਾਡੇ ਮਹੱਲੇ ਦਾ ਉਹ ਪਿਛਲੇ ਟਾਈਮ ਤੋਂ ਬਦਮਾਸ਼ੀ ਕਰਦਾ ਆ ਰਿਹਾ ਅਤੇ ਉਹਦੇ ਨਾਲ ਬੰਗਿਆਂ ਦੇ ਕੁਛ ਮੁੰਡੇ ਸੀਗੇ ਉਹਨਾਂ ਨੇ ਮੇਰੇ 'ਤੇ ਪਹਿਲਾਂ ਘਰੇ ਉੱਥੇ ਹਮਲਾ ਕੀਤਾ ਹੁਣ ਸਮਝੌਤੇ 'ਤੇ ਗਿਆ ਸੀ ਉੱਥੇ ਮੇਰੇ ਉਹਨਾਂ ਨੇ ਗੋਲੀ ਮਾਰੀ ਆ ਕਿਹੜੀ ਜਗ੍ਹਾ 'ਤੇ ਪਹਿਲਾਂ ਮੈਂ ਵੀ ਵੈਸੇ ਮੈਂ ਅਗਰੈਸਿਵ ਹੋ ਗਿਆ ਸੀ ਕਿਉਂਕਿ ਉਹ ਤੋਂ ਮੈਂ ਸੌਰੀ ਫੀਲ ਕਰ ਲਈ ਸੀ ਪਹਿਲਾਂ ਉਹਨੂੰ ਮੈਸੇਜ ਵੀ ਭੇਜਿਆ ਸੀਗਾ ਵੀ ਆਈ ਐਮ ਸੌਰੀ ਯਾਰ ਜੇ ਮੇਰੇ ਕੋਲ ਗਲਤੀ ਨਾਲ ਸ਼ੀਸ਼ਾ ਟੁੱਟ ਗਿਆ ਮੈਂ ਤੁਹਾਨੂੰ ਨਵਾਂ ਪਾ ਦੂੰਗਾ ਜੇ ਤੇ ਕੋਈ ਇੰਸ਼ੋਰੈਂਸ ਨਹੀਂ ਹੈਗੀ ਪਰ ਉਹਨੇ ਹੁਣ ਮੈਨੂੰ ਮਾਰਨ ਵਾਸਤੇ ਫੈਰ ਕੀਤਾ ਅਤੇ ਯੂ ਨੋ ਮਤਲਬ ਕਿ ਮੇਰੀ ਮੌਤ ਵੀ ਹੋ ਸਕਦੀ ਸੀਗੀ ਅਤੇ ਭਾਈ ਚਲੋ ਜਲਦੀ ਆ ਜਾਓ ਆਇਓ ਤੁਸੀਂ ਹੈਨਰੀ ਸਾਹਿਬ ਪਲੀਜ਼ ਡੂ ਇਟ ਬੈਸਟ ਵਾਟ ਐਵਰ ਯੂ ਕਿੱਥੇ ਲੱਗੀ ਤੁਹਾਡੇ ਕੋਲ ਆ ਪਿੱਠ 'ਤੇ ਮੇਰੇ ਆ ਪਿੱਠ 'ਤੇ ਲੱਗੀ ਆ ਆ ਦੇਖ ਲਓ ਉਧਰ ਇਸ ਪੂਰੇ ਮਾਮਲੇ ਬਾਬਤ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਇਹ 6:30 ਦੀ ਗੱਲ ਹੈ ਅੱਜ ਇਹਨਾਂ ਦਾ ਕੋਈ ਆਪਸ ਵਿੱਚ ਸੀਗਾ ਲੜਾਈ ਝਗੜਾ ਸੀਗਾ ਪਹਿਲਾਂ ਦਾ ਅਤੇ ਇਕੱਠੇ ਹੋਏ ਸਾਰੇ ਅਤੇ ਉੱਥੇ ਇਹਨਾਂ ਦੀ ਤਕਰਾਰਬਾਜ਼ੀ ਦੇ ਵਿੱਚ ਪਤਾ ਲੱਗਾ ਵੀ ਮਨਪ੍ਰੀਤ ਸਿੰਘ ਦੇ ਗੋਲੀ ਲੱਗੀ ਆ ਅਤੇ ਇਹਦੇ ਗੋਲੀ ਲੱਗਣ ਨਾਲ ਇਹ ਇੰਜਰਡ ਹੋ ਗਿਆ ਅਤੇ ਜਦੋਂ ਅਸੀਂ ਕੀਤਾ ਤਾਂ ਮੌਕੇ ਤੋਂ ਜਿਹਨੇ ਗੋਲੀ ਮਾਰੀ ਆ ਹੈ ਨਾ ਉਹਨੂੰ ਅਸੀਂ ਅਰੈਸਟ ਕਰ ਲਿਆ ਪੁਨੀਤ ਜੋਤੀ ਨਾਂ ਦਾ ਇਹ ਲੜਕਾ ਆ ਇਹਦਾ ਲਾਇਸੈਂਸੀ ਰਿਵਾਲਵਰ ਸੀ ਉਹ ਵੀ ਅਸੀਂ ਕਬਜ਼ੇ 'ਚ ਲੈ ਲਿਆ ਅਤੇ ਇਹ ਹੁਣ ਸਿਵਲ ਹੌਸਪੀਟਲ ਤੋਂ ਹੁਣ ਜੌਲ ਹੌਸਪੀਟਲ ਇਹਨੂੰ ਰੈਫਰ ਕਰ ਦਿੱਤਾ ਮਨਪ੍ਰੀਤ ਇਹ ਮੌਕੇ ਤੇ ਪਤਾ ਨਹੀਂ ਹੈਨਰੀ ਸਾਹਿਬ ਦੇ ਆਫਿਸ ਦੇ ਬਾਹਰ ਦੋਨੋਂ ਪਾਰਟੀਆਂ ਰਾਜੀ ਮੰਦੀ ਨੂੰ ਇਕੱਠੇ ਨੂੰ ਹੋਈਆਂ ਸੀਗੀਆਂ ਉੱਥੇ ਚੱਲੀ ਗੋਲੀ ਸਰ ਇਹ ਸੁਣਿਆ ਜਾ ਰਿਹਾ ਕਿ ਜਿਹੜੀ ਗੋਲੀ ਚੱਲੀ ਅਵਤਾਰ ਹੈਨਰੀ ਦੇ ਦਫ਼ਤਰ ਦੇ ਅੰਦਰ ਚੱਲੀ ਨਹੀਂ ਦਫ਼ਤਰ ਦੇ ਉੱਥੇ ਬਾਹਰ ਪਤਾ ਲੱਗਾ ਵੀ ਬਾਹਰ ਚੱਲੀ ਆ ਗੋਲੀ ਹਾਂ ਉੱਥੇ ਮੌਕੇ ਤੇ ਕੋਈ ਗਨਮੈਨ ਵਗੈਰਾ ਕੋਈ ਨਹੀਂ ਸੀਗਾ ਨਹੀਂ ਇਹਨਾਂ ਨਹੀਂ ਮੈਨੂੰ ਪਤਾ ਹਜੇ ਮੈਂ ਪਤਾ ਪੇਸ਼ੈਂਟ ਨੂੰ ਜਾ ਕੇ ਦੇਖਦੇ ਪੁੱਛਦੇ ਇਹਨੂੰ ਸਾਰੀ ਗੱਲ ਮੌਕੇ ਤੋਂ ਅਰੈਸਟ ਕਰ ਲਿਆ ਸੀ ਜਾਂ ਕਿਹਨੂੰ ਮੌਕੇ ਤੋਂ ਹਾਂ ਅਰੈਸਟ ਕਰ ਲਿਆ ਉਹਨੂੰ ਪੁਲਿਸ ਨੇ ਤੇ ਰਿਵਾਲਵਰ ਉਹਦੀ ਆਪਣੀ ਹੈ ਜਾਂ ਲਾਇਸੈਂਸੀ ਹੈ ਲਾਇਸੈਂਸੀ ਦੱਸਦੇ ਲਾਇਸੈਂਸੀ ਰਿਵਾਲਵਰ ਆ ਉਹਦੀ ਹਨਾ 32 ਬੋਰਡ ਦੀ ਰਿਵਾਲਵਰ ਆ ਉਹ ਕਬਜ਼ੇ 'ਚ ਲੈ ਲਈ ਪੁਲਿਸ ਨੇ ਕਾਰਵਾਈ ਕੀ ਕੀਤੀ ਜਾ ਰਹੀ ਹੈ ਉਹ ਪਰਚਾ ਦੇਣ ਲੱਗੀ ਉਹਦੀ ਸਟੇਟਮੈਂਟ ਗੋਲੀ ਕਿੱਥੇ ਲੱਗੀ ਉਹਦੇ ਉਹਦੀ ਮੈਂ ਪਤਾ ਕਰਦਾ ਨਾ ਜੀ ਦੱਸਿਆ ਜਾ ਰਿਹਾ ਕਿ ਵਿਵਾਦ ਬੀਤੀ ਸ਼ੁੱਕਰਵਾਰ ਦਾ ਜਿਸ ਨੂੰ ਲੈ ਕੇ ਹੀ ਸਮਝੌਤੇ ਦੇ ਲਈ ਵਿਧਾਇਕ ਦੇ ਵੱਲੋਂ ਦੋਵੇਂ ਧਿਰਾਂ ਨੂੰ ਬੁਲਾਇਆ ਹੋਇਆ ਸੀ ਹਾਲਾਂਕਿ ਅਵਤਾਰ ਹੈਨਰੀ ਹੋਰਾਂ ਨਾਲ ਜਾਂ ਬਾਬਾ ਹੈਨਰੀ ਹੋਰਾਂ ਨਾਲ ਇਸ ਬਾਬਤ ਹਾਲੇ ਕੋਈ
गल नहीं हो पाई है, पर जानकारी के मुताबिक दसिया जा रहा है कि विधायक साहब के वलों दोवें धिरां नूं विवाद सुलझाउण दे लई उत्थे बुलाया गया सी, दोवें धिरां दा समझौता करवाउण दे लई बुलाया सी, पर विधायक साहब हाले उत्थे नहीं पहुंचे सी। जदों इह घटना घटी, गोली चली, उस वक्त विधायक साहब उत्थे मौजूद नहीं सी। ताज़ा अपडेट लैके फिर हाजिर होवांगे, तुसीं बने रहो चक दे टीवी दे नाल। चमत्कार हुंदे ने, देखो अपनियां अखां सामने, तीन घंटे च हर परेशानी दा हल पाओ। सत इलमां दे माहिर दिवानशु जोशी, मेरे किते नूं कोई कट नहीं सकदा, कट्टन वाले नूं मूँह मंगिया इनाम। परेशानी जिवें मनचाहा प्यार, पति पत्नी चनबण, काले जादू दा खात्मा, बीमारी दवा ना लगना, वशीकरण करवाओ, जिस नूं चाहे उस नूं अपने वस च करो।